ਸਾਡੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ, ਇਹ ਮੈਂ ਦੱਸਣਾ ਚਾਹੁੰਦਾ ਕਿ ਬੜੀ ਵੱਡੀ ਇੱਕ ਡਕੈਤੀ ਦੀ ਸੈਂਸੇਸ਼ਨਲ ਵਾਰਦਾਤ ਹੋਈ ਸੁਲਤਾਨਵਿੰਡ ਦੇ ਏਰੀਏ 'ਚ, ਜਿਸ 'ਚ ਅਸੀਂ ਮੁਕੱਦਮਾ ਦਰਜ ਕੀਤਾ 395 ਡਕੈਤੀ ਦਾ ਅਤੇ 364 ਏ ਮਾਰ ਦੇਣ ਦੀ ਨੀਤ ਨਾਲ ਕਿਡਨੈਪਿੰਗ ਦਾ। ਇਹਦਾ ਸੀਕੁਐਂਸ ਇਹ ਹੋਇਆ ਕਿ ਬੀਕਾਨੇਰ ਤੋਂ 300 ਕੁਇੰਟਲ ਜਿਹੜਾ ਆਪਣੇ ਛੋਲੇ ਗ੍ਰੈਮਸ ਜਿਹਨੂੰ ਕਹਿੰਦੇ ਆ, ਉਹ ਟਰੱਕ ਭਰ ਕੇ ਮਲੋਟ ਦੀ ਬਾਲਾਜੀ ਕੰਪਨੀ ਹੈ ਟਰਾਂਸਪੋਰਟ ਦੀ, ਡਿਸਟ੍ਰਿਕਟ ਮੁਕਤਸਰ ਸਾਹਿਬ ਦੀ, ਉਹ ਆਈ ਅੰਮ੍ਰਿਤਸਰ। ਉਹਨਾਂ ਨੇ ਪ੍ਰਿੰਸ ਕੋਲਡ ਸਟੋਰੇਜ ਦੇ ਵਿੱਚ ਇੱਥੇ ਉਹ ਆਪਣਾ ਜਿਹੜਾ ਮਾਲ ਲਾਉਣਾ ਸੀ, ਕਿਸੇ ਕਾਰਨ ਕਰਕੇ ਉੱਥੇ ਰਸ਼ ਹੋਇਆ, ਤੋ ਆਪਣੇ ਟਰੱਕ ਦੇ ਵਿੱਚ ਡਰਾਈਵਰ ਅਤੇ ਕਲੀਨਰ ਦੋਨੋਂ ਸੁੱਤੇ ਪਏ ਸੀਗੇ। ਤੋ 5 ਬੰਦਿਆਂ ਨੇ ਆ ਕੇ ਅਣਪਛਾਤਿਆਂ ਨੇ ਉਹਨਾਂ 'ਤੇ ਹਮਲਾ ਕੀਤਾ, ਉਹਨਾਂ ਨੂੰ ਓਵਰਪਾਵਰ ਕੀਤਾ, ਹੱਥ ਪੈਰ ਬੰਨ੍ਹ ਕੇ, ਮੂੰਹ ਬੰਨ੍ਹ ਕੇ, ਅੱਖਾਂ ਬੰਨ੍ਹ ਕੇ ਟਰੱਕ ਦੇ ਸਣੇ ਉਹਨਾਂ ਨੂੰ ਨਾਲ ਲੈ ਗਏ ਉਹ। ਔਰ ਅੱਗੇ ਜਾ ਕੇ GPS ਡਿਸਕਵਰ ਕੀਤਾ ਇੱਧਰ ਤਰਨ ਤਾਰਨ ਸਾਈਡ 'ਤੇ, ਫਿਰ ਉਹਨਾਂ ਦੀ ਕੁੱਟਮਾਰ ਕੀਤੀ, ਉਹਨਾਂ ਨੂੰ ਕਿਹਾ ਵੀ GPS ਤੁਸੀਂ ਖੋਲ੍ਹੋ। GPS ਖੋਲ੍ਹ ਕੇ ਉਹਨਾਂ ਨੂੰ ਮੁੜ ਕੇ ਅੱਗੇ ਜਾ ਕੇ ਸੁੱਟ ਦਿੱਤਾ ਗਿਆ ਇੱਕ ਨਾਲੇ ਦੇ ਕੋਲ। ਹੱਥ ਪੈਰ ਬੰਨੇ ਰਹੇ, ਮੂੰਹ ਬੰਨੇ ਹੋਏ, ਅੱਖਾਂ ਬੰਨੀਆਂ, ਔਰ ਉਸ ਤੋਂ ਬਾਅਦ ਉੱਥੋਂ ਉਹ ਫਰਾਰ ਹੋ ਗਏ। ਉਸ ਤੋਂ ਬਾਅਦ ਆ ਕੇ ਉਹਨਾਂ ਨੇ ਜਦੋਂ ਥਾਣੇ ਸੁਲਤਾਨਵਿੰਡ ਅਗਲੇ ਦਿਨ ਦੱਸਿਆ ਸਾਨੂੰ, ਤਾਂ ਸਾਡੀ ਪੁਲਿਸ ਹਰਕਤ 'ਚ ਆਈ। ਜਿਵੇਂ ਕਿ ਤੁਹਾਨੂੰ ਪਤਾ ਕਮਿਸ਼ਨਰੇਟ ਦੇ ਵਿੱਚ ਸਾਡਾ ਜ਼ੀਰੋ ਟੋਲਰੈਂਸ ਪੋਲਿਸੀ ਆ ਕ੍ਰਾਈਮ ਦੇ ਅਗੇਂਸਟ, ਉਹ ਸਾਰੇ ਹੀ ਆਫਿਸਰਸ ਇੱਕਦਮ ਅਸੀਂ ਅਲਰਟ ਹੋਏ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਜਿਹਦੀ ਸੁਪਰਵਿਜ਼ਨ ਮਿਸਟਰ ਹਰਪ੍ਰੀਤ ਮੰਡੇਰ ਸਾਡੇ DCP ਸਾਹਿਬ, ਮੈਡਮ ਡਾਕਟਰ ਦਰਪਨ ਆਲੂਵਾਲੀਆ ਜੀ, ਮਨਿੰਦਰ ਸਾਡੇ ACP ਸਾਊਥ, ਜਸਵੀਰ ਸਿੰਘ ਸਾਡੇ SHO ਸੁਲਤਾਨਵਿੰਡ, ਅਤੇ ਬਿੰਦਰਜੀਤ ਜਿਹੜੇ CIA 3 ਦੇ ਇੰਚਾਰਜ ਨੇ, ਸਾਰਿਆਂ ਦੀ ਅਸੀਂ ਅਲੱਗ ਅਲੱਗ ਟੀਮਾਂ ਬਣਾਈਆਂ ਔਰ ਪਲੈਨਡ ਵੇ ਨਾਲ ਅਸੀਂ ਸਾਰੀ ਇਹਨੂੰ ਸਾਇੰਟੀਫਿਕਲੀ ਅਤੇ ਪ੍ਰੋਫੈਸ਼ਨਲੀ ਟੈਕਨੀਕਲੀ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਉਹਦੇ 'ਚ ਅਸੀਂ ਇਹ ਸਾਰੇ ਦਾ ਸਾਰਾ ਮਾਲ, ਟਰੱਕ ਅਤੇ ਚਾਰੋਂ ਬੰਦੇ ਫੜ ਲਏ ਹੈ, ਇੱਕ ਬੰਦਾ ਫਰਾਰ ਹੈ, ਸਾਰੀ ਰਿਕਵਰੀ ਹੋ ਚੁੱਕੀ ਹੈ ਔਰ ਮੈਂ ਇਹਨੂੰ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਮੰਨਦਾ। ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਕਿ ਜਿੱਦਾਂ ਜਾ ਕੇ ਇਹਨਾਂ ਨੇ ਸਾਰੇ ਕੰਮ ਕੀਤੇ ਔਰ ਬੰਦਿਆਂ ਨੂੰ ਟਰੈਕ ਕੀਤਾ ਔਰ ਛੋਟੀ ਛੋਟੀ ਲਿੰਕਸ ਜਿਹੜੇ ਆ ਲੀਡਸ, ਕਿ ਕਿੱਥੇ ਕੋਈ ਬੋਰੀ ਦਾ ਨਿਸ਼ਾਨ ਮਿਲਿਆ, ਕਿੱਥੋਂ ਸਾਨੂੰ ਕੁਛ ਉਹਨਾਂ ਦੀ ਬੋਰੀਆਂ ਦੇ ਵਿੱਚੋਂ ਚੀਜ਼ ਡਿੱਗਦੀ ਹੋਈ ਮਾਲ ਕਿਤੇ ਦਿਖਿਆ, ਤਾਂ ਸਾਡੇ ਮੁਲਾਜ਼ਮਾਂ ਨੇ ਇੰਨੀ ਮਤਲਬ ਦਿਨ ਰਾਤ ਮਿਹਨਤ ਕਰਕੇ ਇਹਨੂੰ ਆਲਮੋਸਟ 24 ਘੰਟੇ ਦੇ ਵਿੱਚ ਸਾਰਾ ਐਡਾ ਵੱਡਾ ਸੈਂਸੇਸ਼ਨਲ ਕ੍ਰਾਈਮ ਟਰੇਸ ਕੀਤਾ। ਜਿਹੜੇ ਮੁਲਜ਼ਮ ਫੜੇ ਜਾ ਚੁੱਕੇ ਨੇ ਉਹ ਜਗਜੀਤ ਸਿੰਘ ਹੈ, ਇਹ ਡਾਕਖਾਨਾ ਵਰਪਾਲ ਅੰਮ੍ਰਿਤਸਰ, ਇਹ ਸਾਰੇ ਤਰਨ ਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਜ਼ਿਆਦਾਤਰ ਹੈਗੇ ਆ, ਅਰਜਨ ਸਿੰਘ ਉਰਫ ਕੱਟਾ ਇਹ ਪਿੰਡ ਚੱਬਾ, ਗੁਰਪ੍ਰੀਤ ਸਿੰਘ ਉਰਫ ਸਾਜਨ ਖੇਮਕਰਨ ਤਰਨ ਤਾਰਨ, ਇਹਦੇ ਖਿਲਾਫ਼ ਪਹਿਲਾਂ ਵੀ ਇੱਕ ਚੋਰੀ ਦੀ ਅਤੇ ਮੁਕੱਦਮੇ ਦੀ ਐਵੀਡੈਂਸ ਡਿਸਟਰੋਏ ਕਰਨ ਦੀ ਮੋਗੇ ਦੇ ਵਿੱਚ FIR ਹੈਗੀ ਹੈ, ਪੁਰਾਣਾ ਕ੍ਰਿਮੀਨਲ ਰਿਕਾਰਡ ਹੈ। ਸੁਖਦੇਵ ਸੋਨੂੰ ਇਹ ਚੱਬੇ ਦਾ, ਅੰਮ੍ਰਿਤਸਰ ਦਾ, ਬਰਾਮਦਗੀ ਜਿਹੜੀ ਹੋਈ ਹੈ ਇੱਕ ਟਰੱਕ ਜਿਹੜਾ ਖੋਇਆ ਗਿਆ ਸੀ, ਜਿਹੜਾ ਕਿ ਅਸ਼ੋਕ ਲੇਲੈਂਡ ਕੰਪਨੀ ਦਾ ਹੈਗਾ, 300 ਕੁਇੰਟਲ ਛੋਲੇ ਜੋ ਕਿ ਬੀਕਾਨੇਰ ਤੋਂ ਚੱਲੇ ਸੀਗੇ, ਤਕਰੀਬਨ ਜਿਹਦੀ ਕੀਮਤ 20 ਲੱਖ ਦੇ ਕਰੀਬ ਹੈ। ਵਾਰਦਾਤ 'ਚ ਇੱਕ ਹੋਰ ਨਵੀਂ ਗੱਲ ਆਈ ਸਾਹਮਣੇ ਕਿ ਟਰੱਕ ਨੂੰ
ਜਦੋਂ ਐਸਕੋਰਟ ਕਰ ਰਹੀ ਸੀ ਅਤੇ ਬੰਦਿਆਂ ਦੀ ਪ੍ਰੋਟੈਕਸ਼ਨ ਵਾਸਤੇ ਆਲਟੋ ਕਾਰ ਫਿਗਰ ਹੋਈ ਸੀ, ਉਹ ਵੀ ਅਸੀਂ ਬਰਾਮਦ ਕਰ ਲਈ ਹੈ। ਔਰ ਜਿਹੜਾ ਇਹਦੇ 'ਚ ਦਾਤ ਅਤੇ ਕਿਰਚ ਅਤੇ ਇੱਕ ਮੋਬਾਈਲ ਫੋਨ ਲੈ ਗਏ ਸੀ, ਉਹ ਵੀ ਸਾਰਾ ਬਰਾਮਦ ਹੋ ਗਿਆ। ਸੋ ਇਹਦੇ 'ਚ ਜਿਹੜਾ ਰੂਟ ਬਣਾਇਆ ਇਹਨਾਂ ਨੇ, ਜੋ ਸਾਡੀ ਪੁੱਛਗਿੱਛ ਤੋਂ ਆਇਆ, ਇੱਥੋਂ ਜਦੋਂ ਗਏ ਅੰਮ੍ਰਿਤਸਰ ਨੂਰ ਦਾ ਅੱਡਾ ਪੈਂਦਾ ਤਰਨ ਤਾਰਨ 'ਚ, ਉੱਥੇ ਇਹਨਾਂ ਨੇ GPS ਜਾ ਕੇ ਰਿਮੂਵ ਕਰਾਇਆ ਕੁੱਟਮਾਰ ਕਰਕੇ ਡਰਾਈਵਰ ਵਗੈਰਾ ਦੀ। ਉਸ ਤੋਂ ਬਾਅਦ ਝਬਾਲ ਗਏ, ਝਬਾਲ ਤੋਂ ਬਾਅਦ ਭਿੱਖੀਵਿੰਡ ਗਏ, ਭਿੱਖੀਵਿੰਡ ਤੋਂ ਬਾਅਦ ਪੱਟੀ, ਫਿਰ ਵਲਟੋਆ, ਖੇਮਕਰਨ। ਔਰ ਉੱਥੋਂ ਜਦੋਂ ਇਹ ਇੱਧਰ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਸਮਾਨ, ਜਾਂ ਇੱਧਰ ਗਾਹਕ ਲੱਭ ਰਹੇ ਸੀ ਵੀ ਉੱਥੇ ਖੇਮਕਰਨ ਜਾਂ ਉੱਧਰ ਵਲਟੋਏ 'ਚ ਕਿਤੇ ਮੰਡੀ 'ਚ ਹੋ ਜਾਵੇ, ਜਾਂ ਅੰਮ੍ਰਿਤਸਰ ਦੇ ਵਿੱਚ ਵੱਡੀ ਮੰਡੀ ਆ, ਅਸੀਂ ਇੱਥੇ ਕੋਈ ਕਰੀਏ, ਤਾਂ ਸਾਡੀਆਂ ਟੀਮਾਂ ਨੇ ਇਹਨੂੰ ਨੈਪ ਕੀਤਾ। ਸੋ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਮੈਂ ਦਿੰਦਾ, ਔਰ ਇਹਨਾਂ ਨੂੰ ਵਾਜਬ ਇਨਾਮ ਅਸੀਂ ਆਪਣੇ ਲੈਵਲ 'ਤੇ ਵੀ DG ਸਾਹਿਬ ਵੱਲੋਂ ਵੀ ਦੁਆ। ਇਹਨਾਂ 'ਚ ਇੱਕ ਲੜਕਾ ਤੁਹਾਨੂੰ ਮੈਂ ਦੱਸਿਆ, ਉਹਦੇ ਖਿਲਾਫ਼ ਪਹਿਲਾਂ ਹੈਗੀ ਹੈ, ਬਾਕੀ ਇਹ ਉਹਦੇ ਨਾਲ ਰਲ ਗਏ ਸੀਗੇ ਕਿ ਈਜ਼ੀ ਮਨੀ ਆਪਾਂ ਬਣਾਈਏ। ਅਤੇ ਟਰੱਕ ਦੇ ਖੋਣ ਦੀਆਂ ਪਹਿਲੀਆਂ ਵਾਰਦਾਤਾਂ ਬਹੁਤ ਹੋਈਆਂ ਔਰ ਸੈਂਸੇਸ਼ਨਲ ਆ। ਅੱਛੀ ਕਿਸਮਤ ਮੈਂ ਸਮਝਦਾ ਸਾਡੇ ਜਿਹੜਾ ਡਰਾਈਵਰ ਅਤੇ ਕਲੀਨਰ ਦੀ, ਵੀ ਉਹਨਾਂ ਦੀ ਜਾਨ ਬਚ ਗਈ। ਜਿੱਦਾਂ ਦਾ ਬਿਹੇਵੀਅਰ ਉਹਨਾਂ ਨਾਲ, ਜਿੱਦਾਂ ਇਹਨਾਂ ਨੇ ਕੇਅਰਲੈਸਲੀ ਕੀਤਾ, ਉਹ ਜਾਨ ਤੋਂ ਵੀ ਵਿਚਾਰੇ ਆਪਣੇ ਹੱਥ ਧੋ ਸਕਦੇ ਸੀ। ਸਰ, ਜਿਹੜਾ ਬੀਕਾਨੇਰ ਤੋਂ ਟਰੱਕ ਤੁਰਿਆ, GPS ਦੇ ਵਿੱਚ ਲੱਗਾ ਸੀ ਬੰਦੇ ਤੋਂ, ਉਹਨੂੰ ਤਾਂ ਪਤਾ ਹੋਏਗਾ ਮਾਲਕ ਨੂੰ, ਅਤੇ ਉਹਨੇ ਤਲਾਹ ਕੀਤੀ ਫਿਰ। ਦੇਖੋ, ਟਰੱਕ ਜਦੋਂ ਚਲਾ ਗਿਆ ਨਾ, ਅਤੇ ਬੰਦੇ ਤਾਂ ਮਾਲਕ ਮੇਰੇ ਖਿਆਲ ਉਹਨੂੰ ਲੱਭਦਾ ਰਿਹਾ, ਕਿਉਂਕਿ ਟਰੱਕ ਦਾ GPS ਜਿੱਥੇ ਤੱਕ ਗਿਆ ਉਹ ਤਾਂ ਤਰਨ ਤਾਰਨ ਹੀ ਜਾਊਗਾ ਨਾ ਬੰਦਾ ਪਹਿਲਾਂ, ਜਦੋਂ ਇੱਥੋਂ ਤਾਂ ਚਲਾ ਗਿਆ ਤਰਨ ਤਾਰਨ, ਤਾਂ ਮਾਲਕ ਵੀ ਨੈਚੁਰਲੀ ਉੱਥੇ ਹੀ ਦੇਖੂਗਾ ਜਿੱਥੇ ਉਹਨੂੰ ਲੱਗਿਆ। ਜਦੋਂ ਤੱਕ ਸਾਡੇ ਕੋਲ ਪਹੁੰਚੇ ਬਹੁਤ ਡਿਲੇਅ ਹੋ ਚੁੱਕੀ ਸੀਗੀ। ਔਰ ਇਹ ਮਤਲਬ ਮੈਂ ਇਹਨੂੰ ਬੜੀ ਵੱਡੀ ਮਤਲਬ ਟੀਮ ਐਫਰਟ ਮੰਨਦਾ ਕਿ ਇੰਨਾ ਦਿਨ ਰਾਤ ਮਿਹਨਤ ਕੀਤੀ, ਮੇਰੇ ਖਿਆਲ ਸੁੱਤੇ ਵੀ ਨਹੀਂ। ਤੁਹਾਡੇ ਨਾਲ ਜਿਹੜੀ ਫੋਟੋਗ੍ਰਾਫਸ ਵਗੈਰਾ ਆਪਾਂ ਅਸੀਂ ਟਵੀਟ ਵਗੈਰਾ ਮੈਂ ਕਰ ਦਿੱਤਾ ਸੀ, ਉਹ 'ਚ ਭੇਜ ਦਿੱਤੀਆਂ, ਕਿਉਂਕਿ ਸਮਾਨ ਵਗੈਰਾ ਕਿਤੋਂ ਬਰਾਮਦ ਹੋ ਕੇ ਆ ਰਿਹਾ, ਤੁਹਾਨੂੰ ਉਹ ਵੀ ਸ਼ੇਅਰ ਕਰ ਦਿੱਤੀਆਂ ਜਾਣਗੀਆਂ। ਪਰ ਮੈਂ ਚਾਹੁੰਦਾ ਸੀ ਵੀ ਲੇਟ ਹੋ ਰਹੀ ਹੈ, ਤੁਹਾਡੇ ਨਾਲ ਇਹ ਮੀਡੀਆ ਬਰੀਫਿੰਗ ਪਹਿਲਾਂ ਅਸੀਂ ਕਰ ਦਿੱਤੀ, ਬਾਕੀ ਪ੍ਰੈਸ ਨੋਟ ਵੀ ਦਵਾ ਦਿਓ।